Salve Correcta, Colón. Salve Correcta. ¿Quién daba? ¿Quién daba? Alex, ¿sí? ਮੈਨੂੰ ਕਹਿਣ ਮਾਰਨ ਵਾਸਤੇ ਮੈਂ ਤੁਹਾਡਾ ਵੈਲਕਮ ਕਰਾਂਗੇ ਜੀ, ਉਸ ਚੀਜ਼ ਲਈ ਅਸੀਂ ਵੈਲਕਮ ਕਰਾਂਗੇ, ਤੁਸੀਂ ਆਓਗੇ ਸਰ ਕਿੱਲ ਕੱਢਣ ਦਾ ਵੀ ਹੋਰ ਨਾਲ ਦੋਸਤੋਂ ਵੀ ਮਰਾਉਣਾ ਨਹੀਂ ਬੱਸਾਂ ਉਹ ਜਿਹੜੇ ਕਿੱਲ ਕੱਢੇ ਨੇ ਉਹ ਗਲਤ ਕਹਿੰਦੇ ਹੋਏ ਨੇ ਉਹਦਾ ਭਾਈ ਸਾਡੇ ਬਿਆਨਦਾਰ ਵੀਰ ਨੇ ਉਹਦੇ ਭਾਜਪਾ ਵਾਲੇ ਸਾਰੇ ਦੂਏ ਜਿੰਨੇ ਵੀ ਸਾਡੇ ਬਾਰੇ ਪੁੱਛ ਲਿਓ ਸਾਡੇ ਨਾਲ ਦੇਖ ਰਹੇ ਨੇ ਅਸੀਂ ਤੁਸੀਂ ਉਮਰ ਚ ਵੀ ਬੜੇ ਹੋ, ਅਸੀਂ ਰਿਸਪੈਕਟ ਨਾਲੇ ਗੱਲ ਕਰਾਂਗੇ ਜਿਹੜਾ ਸਾਨੂੰ ਸਮਝਾਇਆ ਗਿਆ ਸਤਿ ਸ਼੍ਰੀ ਅਕਾਲ ਡੀ ਫਾਈਵ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ। ਜਦ ਅੱਜ ਮਾਛੀਵਾੜਾ ਸਾਹਿਬ ਦੇ ਵਿੱਚ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਮਾਛੀਵਾੜਾ ਸਾਹਿਬ 'ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਪੈਦਲ ਮਾਰਚ ਕਰਨ ਦੇ ਲਈ ਪਹੁੰਚੇ ਸੀਗੇ, ਤਾਂ ਜਦੋਂ ਦਫ਼ਤਰ ਦੇ ਕੋਲੋਂ ਉਹਨਾਂ ਨੇ ਆਪਣਾ ਪੈਦਲ ਮਾਰਚ ਸਟਾਰਟ ਕਰਨਾ ਸੀ ਤਾਂ ਉਸ ਜਗ੍ਹਾ ਦੇ ਉੱਤੇ ਕੁਝ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਸੀਗੀਆਂ, ਜਿਨ੍ਹਾਂ ਨੇ ਉਹਨਾਂ ਦੇ ਨਾਲ ਭਾਜਪਾ ਦੇ ਉਮੀਦਵਾਰ ਦੇ ਨਾਲ ਕੁਝ ਗੱਲਬਾਤ ਕੀਤੀ ਹੈ। ਕੀ ਗੱਲਬਾਤ ਹੋਈ, ਕੀ ਉਹਨਾਂ ਦਾ ਵਿਚਾਰ ਰਿਹਾ, ਉੱਥੇ ਜੇ ਗੱਲ ਕਰੀਏ ਤਾਂ ਨਾਅਰੇਬਾਜ਼ੀ ਵੀ ਕੀਤੀ ਗਈ, ਪਰ ਜਿਹੜੀ ਗੱਲਬਾਤ ਹੋਈ ਆ ਉਹ ਬਿਲਕੁਲ ਉਹਦੇ ਵਿੱਚ ਰਹਿ ਕੇ ਹੋਈ ਆ। ਕੋਈ ਅਜਿਹੀ ਗੱਲਬਾਤ ਨਹੀਂ ਹੋਈ ਕਿ ਉੱਥੇ ਕੋਈ ਜ਼ਬਰਦਸਤੀ ਕੀਤੀ ਗਈ ਜਾਂ ਕਿਸੇ ਦੇ ਨਾਲ ਕੋਈ ਵਿਰੋਧ ਕੀਤਾ ਗਿਆ, ਅਜਿਹੀ ਕੋਈ ਗੱਲਬਾਤ ਨਹੀਂ ਹੋਈ। ਤਾਂ ਸਾਡੇ ਨਾਲ ਉਹ ਕਿਸਾਨ ਯੂਨੀਅਨ ਦੇ, ਰਾਜੇ ਵਾਲੀ ਯੂਨੀਅਨ ਦੇ ਜਿਹੜੇ ਮੀਤ ਪ੍ਰਧਾਨ ਨੇ ਪੰਜਾਬ ਦੇ ਸੁਖਵਿੰਦਰ ਸਿੰਘ, ਉਹ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਬਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਜੀ ਅੱਜ ਜਦੋਂ ਭਾਜਪਾ ਦੇ ਉਮੀਦਵਾਰ ਇੱਥੇ ਪਹੁੰਚੇ ਹੋਏ ਸੀ ਤਾਂ ਤੁਸੀਂ ਵੀ ਉੱਥੇ ਪਹੁੰਚੇ ਸੀ ਗੱਲਬਾਤ ਕਰਨ ਦੇ ਲਈ, ਤੁਸੀਂ ਉਹਨਾਂ ਦੇ ਨਾਲ ਉੱਥੇ ਗੱਡੀ ਦੇ ਕੋਲ ਉਹਨਾਂ ਦੀ ਰੁਕੇ ਵੀ ਸੀਗੇ, ਕੀ ਗੱਲਬਾਤ ਹੋਈ ਆਪਸ ਦੇ ਵਿੱਚ? ਉਹਨਾਂ ਤੋਂ ਤਾਂ ਅਸੀਂ ਉਹੀ ਜਿਹੜੇ ਐਸਕੇਐਮ ਵੱਲੋਂ 11 ਸਵਾਲ ਪੁੱਛੇ ਜਾਂਦੇ ਨੇ, ਅਸੀਂ ਉਹਨਾਂ ਨੂੰ ਸਵਾਲ ਉਹ ਪੁੱਛੇ ਕਿ ਸਾਡੇ ਆਹ ਮੂਹਰੇ ਬੈਰੀਕੇਡ ਕਿਉਂ ਲਾਏ ਗਏ, ਕੀ ਗੱਲ ਅਸੀਂ ਪਾਕਿਸਤਾਨ ਤੋਂ ਆਏ ਹਾਂ ਜਾਂ ਅਸੀਂ ਆਪਣੀ ਰਾਜਧਾਨੀ 'ਚ ਪ੍ਰੋਟੈਸਟ ਕਰਨ ਜਾ ਰਹੇ ਸੀ ਅਮਨ ਸ਼ਾਂਤੀ ਨਾਲ, ਉੱਥੇ ਜਾ ਕੇ ਅਸੀਂ ਆਪਣੇ ਮੈਮੋਰੈਂਡਮ ਜਾਂ ਹੋਰ ਚੀਜ਼ਾਂ ਕਹਿਣੀਆਂ, ਸਾਨੂੰ ਕਿਉਂ ਨਹੀਂ ਜਾਣ ਦਿੱਤਾ ਗਿਆ? ਸ਼ੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ, ਉੱਥੇ ਟਰੈਕਟਰ ਖਰਾਬ ਕੀਤੇ ਗਏ ਤੇ MSP ਤੇ ਗਰੰਟੀ, ਜਿਹੜੇ ਦਿੱਲੀ 'ਚ ਮਤਲਬ ਆਪਣੇ ਤੇ ਕਿਸਾਨਾਂ ਦਾ ਜਦ ਅੰਦੋਲਨ ਹੋਇਆ ਉਹ ਤੇ ਜਿਹੜੇ ਕੇਸ ਪਏ ਤੇ ਉਹ ਹਲੇ ਤੀ ਇਹਨਾਂ ਨੇ ਵਾਪਸ ਨਹੀਂ ਲਏ ਗਏ। ਸੈਲੋਆਂ ਨੂੰ ਜਿਹੜੀਆਂ ਮੰਡੀ ਬੋਰਡ ਨੂੰ ਤੋੜਨ ਦੀ APMC ਐਕਟ ਦੇ ਅਧੀਨ ਮੰਡੀਆਂ ਨੇ ਤੋੜਨ ਦੀ ਉਹਨਾਂ ਦੀ ਜਿਹੜੀ ਸਾਜਿਸ਼ ਆ, ਸੈਲੋਆਂ 'ਚ ਮਾਲ ਭੇਜਿਆ ਜਾ ਰਿਹਾ ਇਹਦੇ ਵਾਸਤੇ, ਉਹ ਜੋ ਇਹ ਤਰ੍ਹਾਂ ਤਰ੍ਹਾਂ ਦੇ C2FL ਮਤਲਬ ਇਹ ਜਿਹੜੇ ਜਿੰਨੇ ਵੀ ਮਸਲੇ ਸੀ ਕਿ 11 ਸਵਾਲ ਨੇ, ਮਤਲਬ 11 ਤਾਂ ਇਹ ਜਿਹੜੇ ਹੈਗੇ ਨੇ, ਬਾਕੀ ਹੋਰ ਵੀ ਮੰਗਾਂ ਨੇ, ਹੋਰ ਚੀਜ਼ਾਂ ਵੀ ਨੇ ਵੀ ਇਹ ਹੁਣ ਤੇਰੀ ਤੁਹਾਡੀ ਜਿਹੜੀ ਪਾਰਟੀ ਦੀ ਜੁਮਲੇਬਾਜ਼ੀ ਬਾਹਲੀ ਨਹੀਂ ਚੱਲਣੀ। ਉਹਨਾਂ ਨੂੰ ਕਿਹਾ ਵੀ ਅੱਗੇ ਤੁਸੀਂ ਇੱਕ ਜੁਮਲਾ 15 ਲੱਖ ਦਾ ਵੀ ਦਿੱਤਾ ਸੀਗਾ, ਉਹ ਵੀ ਉਹਨਾਂ ਨਾਲ ਗੱਲ ਕੀਤੀ ਗਈ ਆ ਇਹਦੇ ਵਿੱਚ ਵੀ ਜਿਹੜੇ ਤੁਸੀਂ ਦਿੱਤੇ। ਫਿਰ ਉਹ ਕਹਿੰਦੇ ਵੀ ਮਤਲਬ ਉਹਨਾਂ ਨੇ ਸਿਲੰਡਰ ਕਰਦੇ ਹੋਏ ਹੱਥ ਜੋੜ ਕੇ, ਚਲੋ ਉਮਰ 'ਚ ਵੀ ਬੜੇ ਨੇ ਜਾਂ ਹੋਰ ਨੇ ਉਹ ਕਰਦੇ ਰਹੇ, ਮੈਂ ਤੁਹਾਡੇ ਨਾਲ ਹਾਂ, ਮੈਂ ਇਹ ਤੁਹਾਡੇ ਨਾਲ ਬੈਠ ਵੀ ਸਕਦਾ ਭੁੱਖ ਹੜਤਾਲ ਤੇ, ਕਿਹਾ ਉਹ ਤਾਂ ਤੁਹਾਡਾ ਬਾਅਦ 'ਚ, ਤੁਸੀਂ ਜੇ ਬੈਠ ਸਕਦੇ ਹੋ ਤੁਸੀਂ ਹੁਣ ਉਹ ਸਾਡੇ ਬੈਰੀਕੇਡ ਖਿਲਾਓ, ਤੁਸੀਂ ਆਹ ਟਿਕਟ ਆਪਣੀ ਉਹ ਕਰੋ। ਤੇ ਕਹਿੰਦੇ ਵੀ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਨਾਰਾ ਵੀ ਲਗਾਇਆ ਜਾ, ਉਹਨਾਂ ਨੇ ਨਾਰਾ ਲਾਇਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਨਾਰਾ ਲਾ ਕੇ ਤੁਸੀਂ ਸਾਡਾ ਜੇ ਸਮਰਥਨ ਕਰਦੇ ਹੋ ਤਾਂ ਇਹ ਚ ਕਰੋ ਤੇ ਆਪਣੀ ਉਸ ਦਾ ਸੋਚੋ। ਚਲੋ ਉਹਨਾਂ ਨੇ ਜਿੰਨਾ ਵੀ ਜੋ ਕਹਿ ਸਕੇ, ਵੀ ਮੈਂ ਤਾਂ ਇਹੀ ਕਹਿਣਾ ਵੀ ਇੱਕ ਅਸੀਂ ਆਪਣਾ ਭਾਈਚਾਰਾ ਜਿਹੜਾ ਉਹਦੇ ਸਮਾਜ ਦਾ ਜੋ ਵੀ ਸਾਡੇ ਸ਼ਹਿਰ ਦੇ ਜਾਂ ਹੋਰ ਉਹ ਵੀ ਆਗੂ ਸਾਡੇ ਮਤਲਬ ਸਮਾਜ ਦੇ ਹਿੱਸਾ ਨੇ, ਮਤਲਬ ਸਾਡੀ ਕਿਸੇ ਨਾਲ ਉਹ ਨਹੀਂ ਨਿੱਜੀ ਤੌਰ ਤੇ, ਮਤਲਬ ਅਸੀਂ ਅਮਨ ਚੈਨ ਨਾਲ ਸਵਾਲ ਪੁੱਛਣੇ ਨੇ, ਉਹਨਾਂ ਨੂੰ ਸਵਾਲ ਜਵਾਬ ਦੇਣਾ ਉਹਨਾਂ ਦਾ ਕੰਮ ਆ, ਉਹ ਸਾਨੂੰ ਦਿੰਦੇ ਨੇ ਨਹੀਂ ਦਿੰਦੇ ਭੱਜ ਗਏ। ਮਤਲਬ ਚਲੋ ਉਹ ਨਾਰਾ ਇੱਕ ਲਾ ਗਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ। ਕੋਈ ਅਜਿਹੀ ਗੱਲ ਵੀ ਹੋਈ ਉੱਥੇ ਵੀ ਵਿਰੋਧ ਵਾਲੀ ਗੱਲ ਆ, ਤੁਹਾਨੂੰ ਦੇਖ ਕੇ ਭੱਜ ਗਏ ਹੁਣ, ਅਜਿਹਾ ਕੁਝ ਵੀ ਹੋਇਆ ਜਾਂ ਨਹੀਂ? ਵਿਰੋਧ ਤਾਂ ਮਤਲਬ ਉਹ ਜਵਾਲਾਂ ਦੇ ਸਵਾਲਾਂ ਤੋਂ ਤਾਂ ਫਿਰ ਜਦ ਉਹਨਾਂ ਨੇ ਟੇਢ ਦੇਣੀ ਹੁੰਦੀ ਆ ਉਹ ਟੇਢ ਦਿੰਦੇ ਸੀ। ਥੋੜਾ ਜਿਹਾ ਪ੍ਰਸ਼ਾਸਨ ਵੀ ਕਰ ਰਿਹਾ ਸੀ, ਆਪਣਾ SHO ਨੇ ਜਿਹੜੇ ਇੰਸਪੈਕਟਰ ਸਾਹਿਬ ਨੇ ਇਹ ਵੀ ਕਰ ਰਹੇ ਸੀ ਬਸ ਕਰੋ ਬਸ ਕਰੋ। ਫਿਰ ਇਹਨਾਂ ਨੂੰ ਵੀ ਕਿਹਾ ਵੀ ਭਾਈ ਅਸੀਂ ਤਾਂ ਇਹਨਾਂ ਨਾਲ ਅਮਨ ਚੈਨ ਨਾਲ ਗੱਲ ਕਰਨੀ ਆ। ਤੁਹਾਡੀ ਗੱਲਬਾਤ ਸੁਣੀ ਆ ਉਹਨਾਂ ਨੇ ਵੈਸੇ ਉੱਥੇ ਖੜ ਕੇ? ਹਾਂ ਸੁਣੀ ਆ, ਉਹਨਾਂ ਨੇ ਗੱਡੀ ਚੋਂ ਉਤਰੇ ਨੇ, ਗੱਡੀ ਚੋਂ ਉਤਰ ਕੇ ਖੜ ਕੇ ਉਹਨਾਂ ਨੇ ਹੱਥ ਫੜ ਕੇ ਮਤਲਬ ਇੱਕ ਦੂਏ ਨਾਲ ਸਾਡੇ ਜਵਾਬ ਸਵਾਬ ਹੋਏ ਨੇ। ਠੀਕ ਆ, ਉਮਰ ਦੇ ਲਿਹਾਜ਼ ਨਾਲ ਉਹ ਬੜੇ ਵੀ ਨੇ, ਅਸੀਂ ਮਤਲਬ ਉਹ ਆਮ ਇੱਕ ਨਾਗਰਿਕ ਨੇ ਜੇ BJP ਨੇ ਉਹਨਾਂ ਨੂੰ ਟਿਕਟ ਦਿੱਤੀ ਹੈ, ਪਰ ਹੈ ਤਾਂ ਇਨਸਾਨੀਅਤ ਨਾਤੇ ਅਸੀਂ ਕੋਈ ਮਤਲਬ ਉੱਕਣ ਦੀ ਨਹੀਂ, ਉਮਰ ਦੇ ਵੀ ਲਿਹਾਜ਼ ਸਾਰਿਆਂ ਦੀ ਰੱਖਣੀ ਹੁੰਦੀ ਹੈ ਸਾਰੇ। ਅਸੀਂ ਅਮਨ ਚੈਨ ਨਾਲ ਆਪਣੇ ਸਵਾਲ ਪੁੱਛੇ ਨੇ ਜਿਹੜੇ ਸਾਨੂੰ 11 ਦਿੱਤੇ ਗਏ ਨੇ, ਇਹਨਾਂ ਦਾ ਤਾਂ ਇਹ ਹੁਣ ਇਹ ਸਵਾਲ ਤਾਂ ਉਹ ਨੇ, ਤੁਸੀਂ ਪੱਤਰਕਾਰ ਭਾਈਚਾਰਾ ਹੋ, ਸਾਡੀਆਂ ਬਾਹਾਂ ਹੋ, ਤੁਹਾਨੂੰ ਵੀ ਪਤਾ ਮਤਲਬ ਇਹ ਜਿਹੜੇ ਸਵਾਲ ਸਾਡੇ ਜੈਨੂਅਨ ਨੇ, ਇਹਨਾਂ ਦੇ ਜਵਾਬ ਤਾਂ ਕੋਈ ਦੇ ਨਹੀਂ ਸਕਦਾ। ਜੋ ਵੀ ਇਹ ਅਸੀਂ ਚੀਜ਼ਾਂ ਉਹਨਾਂ ਤੋਂ ਮੰਗ ਕਰਦੇ ਹਾਂ ਜਾਂ ਕਰਦੇ ਨੇ ਉਹ ਤਾਂ ਭੱਜਣ ਵਾਲੇ ਨੇ, ਮਤਲਬ ਤਾਂ ਹੀ ਹੁਣ ਇਹ ਭੱਜ ਰਹੇ ਨੇ। ਦਿੱਲੀ ਅੰਦੋਲਨ ਨੇ ਮਤਲਬ ਇੱਕ ਇਹ ਚੀਜ਼ ਕੀਤੀ, ਸਵਾਲ ਜਵਾਬ ਪੁੱਛਣ ਲਾ ਦਿੱਤਾ ਲੋਕਾਂ ਨੂੰ। ਉਹ ਜਿਹੜੇ ਹੁਣ ਲੋਕ ਜਨਤਾ ਜਿਹੜੀ ਲਹਿਰ ਖੜੀ ਹੁੰਦੀ ਹੈ ਉੱਠ ਕੇ ਸਵਾਲ ਜਵਾਬ ਪੁੱਛਦੀ ਹੈ, ਇਹ ਹੁਣ ਕੋਈ ਨਹੀਂ ਹੈਗਾ ਵੀ ਮੋਦੀ ਦੇ ਜਿਹੜੇ ਇਹ ਦਿੱਤੇ ਹੋਏ ਸੀਗੇ ਵੀ ਜੀ ਆਹ ਇੱਕਣ ਕਰ ਦੂੰ ਉਹ ਕਰ ਦੂੰ, ਜਾਂ ਆਹ ਜਿਹੜੇ ਉਰੇ ਆਪ ਵਾਲਿਆਂ ਦੀ ਸਰਕਾਰ ਆਈ ਹੈ ਇਹਨਾਂ ਨੇ, ਇਹਨਾਂ ਨੂੰ ਵੀ ਸਵਾਲ ਜਵਾਬ ਕਰਨੇ ਨੇ। ਜੋ ਇਹਨਾਂ ਨੂੰ ਇਹ ਵੀ ਅਸੀਂ ਆਹ ਕਰ ਦਾਂਗੇ ਆਹ ਕਰ ਦਾਂਗੇ ਆਹ ਕਰ ਦਾਂਗੇ, ਇਹ ਹੁਣ ਬਾਹਲਾ ਚਿਰ ਨਹੀਂ ਚੱਲਣਾ। ਇਹ ਲੋਕ ਜਾਗਰੂਕ ਹੋ ਗਏ, ਜਾਗਰੂਕ ਹੋ ਕੇ ਸਵਾਲ ਜਵਾਬ ਪੁੱਛਣ ਲੱਗ ਗਏ। ਤਾਂ ਬਿਲਕੁਲ ਜੀ, ਅਸੀਂ ਗੱਲਬਾਤ ਕੀਤੀ ਹੈ ਕਿਸਾਨ ਯੂਨੀਅਨ ਦੇ ਆਗੂ ਸਾਡੇ ਨਾਲ ਮੌਜੂਦ ਸੀਗੇ, ਮੀਤ ਪ੍ਰਧਾਨ ਜਿਹੜੇ ਨੇ ਪੰਜਾਬ ਦੇ। ਤਾਂ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਉੱਥੇ ਆਏ ਸੀਗੇ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹ ਆਪ ਗੱਡੀ ਦੇ ਵਿੱਚ ਉਤਰੇ ਨੇ, ਉਹਨਾਂ ਨੇ ਸਾਡੇ ਕੁਝ ਕੁ ਸਵਾਲ ਜ਼ਰੂਰ ਸੁਣੇ ਨੇ ਕਿ ਸਾਡੀਆਂ ਇਹ ਮੰਗਾਂ ਨੇ। ਅਸੀਂ ਉਹਨਾਂ ਦੀ ਉਮਰ ਦੀ ਲਿਹਾਜ਼ ਕਰਦੇ ਹੋਏ, ਉਹ ਵੀ ਇੱਕ ਵੱਡੇ ਨੇ ਫਿਰ ਵੀ, ਪਰ ਹੈਗੇ BJP ਤੋਂ ਨੇ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਕੋਲ ਦਿੱਤੀ ਗਈ ਹੈ ਕਿ ਜਿੱਥੇ ਵੀ BJP ਦਾ ਉਮੀਦਵਾਰ ਆਊਗਾ ਅਸੀਂ ਉਸਨੂੰ ਸਵਾਲ ਕਰਾਂਗੇ, ਉਹਦੇ ਨਾਲ ਗੱਲਬਾਤ ਕਰਾਂਗੇ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਸੱਚਮੁੱਚ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਕੋਲ ਇਹਨਾਂ ਦੇ ਸਵਾਲ ਨੇ ਜਿਹੜੇ ਉਹ ਉਠਾਉਂਦੇ ਨੇ ਜਾਂ ਨਹੀਂ ਉਠਾਉਂਦੇ, ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ। ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ, ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ, ਪੱਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿਨੂੰ ਝੋਬ ਮਾਰੀ, ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ, ਵੋਟਿੰਗ ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ। ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਈਏ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ,
ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।